ਲੋ ਜੀ ਹੁਣ ਆਪਾਂ ਤੁਹਾਨੂੰ ਖਿਲਾਉਣਾ ਮਿੱਠਾ ਪੀਜ਼ਾ। ਮਿੱਠਾ ਪੀਜ਼ਾ ਬਾਰਬੀਕਿਊ ਨਹੀਂ ਹੈਗਾ ਇਹ ਮਿੱਠਾ ਪੀਜ਼ਾ ਹੋ ਗਿਆ ਕਿਉਂਕਿ ਆਪਾਂ ਵਰਤਨੀ ਆ ਬਾਰਬੀਕਿਊ ਸੌਸ। ਆਮ ਪੀਜ਼ਿਆਂ ਦੀ ਤਰ੍ਹਾਂ ਆਪਾਂ ਇਹਨੂੰ ਸਟਿਚ ਕਰ ਲੈਣਾ। ਆਟਾ ਸਿੱਟਣਾ ਬੜਾ ਜ਼ਰੂਰੀ ਹੈ ਇਹ ਆਟਾ ਨਹੀਂ ਹੁੰਦਾ ਹੁੰਦਾ ਕੀ ਹੈ ਡੈਸਟੀਨੇਟਰ ਤਾਂ ਪੰਜਾਬੀ ਭਾਸ਼ਾ 'ਚ ਦੱਸ ਨਾ ਮੈਦਾ 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 ਚਲੋ ਜੀ ਮੈਦਾ ਹੁੰਦਾ ਜੀ ਠੀਕ ਹੈ ਜੀ। ਅਤੇ ਆਹ ਘੋਟਣਾ ਜਾਂ ਫੇਰਨਾ ਤਾਂ ਇੰਨਾ ਜ਼ਰੂਰੀ ਹੈ ਜੇ ਤੁਸੀਂ ਇਹ ਨਹੀਂ ਫੇਰੋਗੇ ਤਾਂ ਪੀਜ਼ਾ ਤੁਹਾਡਾ ਖਰਾਬ ਹੋ ਜਾਣਾ। ਬੁਲਬੁਲੇ ਬਣ ਜਾਂਦੇ ਆ ਪੰਜਾਬੀ ਭਾਸ਼ਾ 'ਚ ਬੁਲਬੁਲੇ। ਇਹ ਮਿੱਠਾ ਪੀਜ਼ਾ ਮਿੱਠਾ ਪੀਜ਼ਾ ਮਿੱਠੀ ਮਿੱਠਾ ਪੀਜ਼ਾ ਇਹਨੂੰ ਤਾਂ ਕਹਿੰਦੇ ਆ ਕਿਉਂਕਿ ਇਹ 'ਚ ਆਪਾਂ ਮਿੱਠੀ ਸੌਸ ਵਰਤਣੀ ਆ ਬਾਰਬੀਕਿਊ ਸੌਸ। ਵੇਕਣ ਆ ਗਿਆ ਵੇਕਣ ਕਿਆ ਹੁੰਦਾ ਸੂਰ ਸੂਰ ਪੈ ਗਿਆ ਜੀ ਆਹ ਚਿਕਨ ਮੁਰਗਾ ਕੁੱਕੜ ਉੱਕੜੂ ਐਕਸਟਰਾ ਇਹ ਪਤਾ ਨਹੀਂ ਕੀ ਸੌਸ ਇਟਾਲੀਅਨ ਸੌਸ ਕਹਿੰਦੇ ਵੈਸੇ ਇਹਨੂੰ ਊਂ ਹੀ ਪਤਾ ਇਹ ਮੀਟ ਹੀ ਹੈ ਤਾਂ ਇੱਕ ਤਰ੍ਹਾਂ ਦਾ ਪਰ ਪਤਾ ਨਹੀਂ ਕਾਹਦਾ ਹੈ ਇਟਾਲੀਅਨ ਸੌਸ। ਇਹ ਆ ਗਏ ਜੀ ਗੰਡੇ ਇਹ ਗੰਡੇ ਆ ਚੁੱਕੇ ਆ ਹੁਣ ਪੈਣੀ ਹੈ ਪਰ ਚੀਜ਼ ਲਓ ਜੀ ਮਿੱਠਾ ਪੀਜ਼ਾ ਆਪਣਾ ਗਿਆ ਹੁਣ ਓਵਨ 'ਚ ਇਹਨੂੰ ਮਿਲਦੇ ਹੁਣ ਆਪਾਂ 4 ਮਿੰਟ ਬਾਅਦ। ਲਓ ਜੀ ਆ ਗਿਆ ਆਪਣਾ ਮਿੱਠਾ ਪੀਜ਼ਾ ਬਣ ਕੇ ਕਰੋ 'ਚ
ありがとうございます。